ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਦੇ ਇਸ ਨਵੇਂ ਸਾਲ ਦੇ ਦੌਰਾਨ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ, ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਕੈਨੇਡਾ ਦੀ ਐਲੀਜੀਬਿਲਟੀ ਅੱਜ ਦੀ ਡੇਟ ਦੇ ਵਿੱਚ ਕੀ ਚੱਲ ਰਹੀ ਹੈ, ਇੱਕ ਟ੍ਰੈਂਡ ਹੁੰਦਾ ਉਹ ਵੀ ਮੈਟਰ ਕਰਦਾ, ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਂਡ ਕਿਸ ਤਰੀਕੇ ਦਾ ਚੱਲ ਰਿਹਾ ਕੈਨੇਡਾ ਦਾ, ਅਤੇ ਅਪਲਾਈ ਕਰਨ ਲੱਗੇ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਹੈ, ਬਹੁਤ ਜ਼ਰੂਰੀ ਨੇ ਉਹ। ਸੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਜੀ, ਪ੍ਰੈਜੈਂਟਲੀ ਕੈਨੇਡਾ ਦੀ ਰਿਕੁਆਇਰਮੈਂਟ ਕੀ ਚੱਲ ਰਹੀ ਹੈ, ਅਤੇ ਇੱਕ ਟ੍ਰੈਂਡ ਵਰਡ ਬਹੁਤ ਯੂਜ਼ ਹੁੰਦਾ, ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਮੈਟਰ ਕਰਦਾ ਹੁੰਦਾ। ਸੀ, ਕੈਨੇਡਾ ਦੀ ਐਂਟਰੀ ਰਿਕੁਆਇਰਮੈਂਟ ਜੇ ਅਸੀਂ ਗੱਲ ਕਰੀਏ ਤਾਂ ਇਟ ਇਜ਼ ਦੋ ਕੈਟੇਗਰੀਜ਼ ਹੈਗੀਆਂ। ਸੋ ਪਹਿਲਾਂ ਜੇ ਜਿਹੜੇ ਸ਼ੋ ਜਿਨ੍ਹਾਂ ਬੱਚਿਆਂ ਨੇ ਆ ਪਲੱਸ ਟੂ ਇਸ ਸਾਲ ਪਾਸ ਕਰਨੀ ਹੈ ਔਰ ਉਹਨਾਂ ਦੇ ਪੇਰੈਂਟਸ ਇਸ ਸਾਲ ਹੁਣ ਸਰਚ ਕਰ ਰਹੇ ਨੇ ਕਿ ਵੋਟ ਇਜ਼ ਦਾ ਐਂਟਰੀ ਕ੍ਰਾਈਟੀਰੀਆ ਫੋਰ ਕੈਨੇਡਾ। ਸੋ ਕੈਨੇਡਾ ਨੇ SDS ਸਿਸਟਮ ਇੰਪਲੀਮੈਂਟ ਕੀਤਾ। ਸੋ ਦੈਟ ਵਾਜ਼ ਇਨ 2018 ਐਂਡ 2019 ਜੋ ਇੰਪਲੀਮੈਂਟ ਹੋ ਗਿਆ। ਸੋ SDS ਸਿਸਟਮ ਇੰਪਲੀਮੈਂਟ ਕੀਤਾ ਜਿਹਦੀ ਐਂਟਰੀ ਰਿਕੁਆਇਰਮੈਂਟ ਹੋ ਗਈ 6 ਈਚ। ਸੋ 6 ਈਚ ਇਜ਼ ਦ ਰਿਕੁਆਇਰਮੈਂਟ ਆਫ SDS ਐਂਡ ਯੂ ਮਸਟ ਪੇ ਫੁੱਲ ਈਅਰ ਫੀਸ, ਯਾਨੀ ਕਿ ਜੋ ਵੀ ਤੁਹਾਡੇ ਕਾਲਜ ਦੀ ਫੀਸ ਹੈ ਤੁਸੀਂ ਫੁੱਲ ਈਅਰ ਪੇ ਕਰੋ। ਥਰਡਲੀ, ਯੂ ਮਸਟ ਪੇ ਫੋਰ GIC ਅਕਾਊਂਟ। GIC ਇਜ਼ ਗਰੰਟਿਡ ਇਨਵੈਸਟਮੈਂਟ ਅਕਾਊਂਟ ਇਨ ਕੈਨੇਡਾ। ਯੂ ਕੈਨ ਓਪਨ ਅਪ ਦੈਟ ਅਕਾਊਂਟ ਇਨ ICIC ਬੈਂਕ, SBI ਬੈਂਕ ਔਰ ਨੋਵੋਸਕੋਸ਼ੀਆ ਬੈਂਕ, CIBC ਬੈਂਕ, ਹੁਣ ਤਾਂ ਬਹੁਤ ਸਾਰੇ ਬੈਂਕ ਹੋ ਗਏ, ਪਹਿਲਾਂ ਸਿਰਫ ਨੋਵੋਸਕੋਸ਼ੀਆ ਹੁੰਦਾ ਸੀ। ਸੋ ਯੂ ਹੈਵ ਟੂ ਪੇ $10,200 ਇਨ ਦੈਟ, ਕੀ ਕਹਿੰਦੇ ਆ, ਬੈਂਕ ਅਕਾਊਂਟ ਵਿਚ ਇਜ਼ ਰਿਫੰਡੇਬਲ। ਸੋ ਜਿਹੜਾ ਉਹ ਪੈਸਾ ਤੁਸੀਂ ਪੇ ਕਰਦੇ ਹੋ ਦੈਟ ਇਜ਼ ਰਿਫੰਡੇਬਲ। ਇਨੀਸ਼ੀਅਲੀ ਤੁਹਾਨੂੰ ਜਾ ਕੇ $2,000 ਮਿਲਦਾ, ਬਾਅਦ 'ਚ ਇਕੁਅਲ ਇੰਸਟਾਲਮੈਂਟ 'ਚ ਮੰਥਲੀ ਪੈਸੇ ਮਿਲਦੇ ਰਹਿੰਦੇ ਨੇ। ਸੋ ਸਟੂਡੈਂਟਸ, ਜਿਹੜਾ ਕੈਨੇਡਾ ਦਾ ਪੈਟਰਨ ਹੈ SDS ਦਾ, ਬੜਾ ਸਿੰਪਲ ਹੈ। 6 ਈਚ ਪੂਰੇ ਸਾਲ ਦੀ ਫੀਸ, ਮੈਡੀਕਲ ਕਰਾਉਣਾ ਬੱਚੇ ਨੇ ਔਰ ਆਪਾਂ GIC 'ਚ $10,000-$200 ਪਾਉਣੇ ਆ, ਦਿਸ ਇਜ਼ ਦ ਕ੍ਰਾਈਟੀਰੀਆ। ਬਟ ਇਸ ਟਾਈਮ 'ਤੇ ਦੇਖਣ ਨੂੰ ਮਿਲਿਆ ਕਿ ਜੇ ਪਰਸੈਂਟੇਜ ਕਿਸੇ ਦੀ ਲੋ ਹੈ ਤਾਂ ਉਹਨੂੰ ਰਿਫਿਊਜ਼ਲ ਆ ਜਾਂਦੀ ਹੈ 6 ਈਚ ਦੇ ਬਾਵਜੂਦ। ਕਿਸੇ ਦੀ 50% ਹੈਗੀ ਆ ਔਰ 2-3 ਸਬਜੈਕਟ 'ਚ ਨੰਬਰ ਘੱਟ ਹੈ ਤਾਂ ਉਹਨਾਂ ਨੂੰ ਰਿਫਿਊਜ਼ਲ ਆ ਜਾਂਦੀ ਹੈ। ਦੈਨ ਯੂ ਮਸਟ ਚੂਜ਼, ਕੀ ਕਹਿੰਦੇ ਆ, ਕਾਲਜਿਸ ਵਿੱਚ ਆਰ ਇਨ ਰਿਮੋਟ ਏਰੀਆਜ਼ ਵਿੱਚ ਆਰ ਨੋਟ ਇਨ ਦ ਮੇਨ ਸਿਟੀ। ਸਾਡੇ ਸਟੂਡੈਂਟ ਹੁੰਦੇ ਕਿ ਮੇਰੇ 6 ਈਚ ਪੈਣਾ, ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਣਾ, ਬਟ ਇਸ ਟਾਈਮ ਉਹ ਚੀਜ਼ ਫੋਲੋ ਨਹੀਂ ਹੋ ਰਹੀ ਹੈ। ਸੈਕਿੰਡ ਕੈਟੇਗਰੀ ਇਜ਼ ਨੋਨ SDS ਕੈਟੇਗਰੀ। ਸੋ ਨੋਨ SDS ਕੈਟੇਗਰੀ 'ਚ ਜਿਵੇਂ ਤੁਹਾਡੇ ਬੈਂਡ ਘੱਟ ਹੈ, ਸੋ ਪਹਿਲਾਂ ਤਾਂ 2 'ਚ 5.5 ਬੈਂਡ ਵਾਲਿਆਂ ਨੂੰ ਵੀ ਵੀਜ਼ੇ ਮਿਲਦੇ ਰਹੇ, ਬਟ ਹੁਣ 1 'ਚ 5.5 ਬੈਂਡ ਵਾਲਿਆਂ ਨੂੰ ਵੀ ਵੀਜ਼ਾ ਮਿਲਣਾ ਬੜਾ ਮੁਸ਼ਕਿਲ ਹੋ ਗਿਆ। ਸੋ ਜਾਂ ਤਾਂ ਤੁਸੀਂ ਜੇ ਕੋਈ TOEFL ਕੀਤੀ ਹੈ, PTE ਕੀਤੀ ਹੈ, ਜਾਂ ਤੁਹਾਡੇ 1 ਮੋਡਿਊਲ 'ਚੋਂ 5.5 ਬੈਂਡ ਹੈ, ਦੈਨ ਯੂ ਕਮ ਅੰਡਰ ਨੋਨ SDS ਕੈਟੇਗਰੀ। ਬਾਕੀ ਸਭ ਕੁਝ ਸੇਮ ਹੈ, ਬਟ ਯੂ ਨੀਡ ਟੂ ਪੁੱਟ ਮੋਰ ਡਾਕੂਮੈਂਟਸ ਕਿ ਯੂ ਸ਼ੁੱਡ ਪਰੂਵ ਦੈਟ ਯੂ ਆਰ ਫਾਈਨੈਂਸ਼ਲੀ ਵੈਲ ਆਫ। ਸੋ ਸਟੂਡੈਂਟ, ਦੀਜ਼ ਆਰ 2 ਕੈਟੇਗਰੀਜ਼, ਔਰ ਉਹਦੇ ਪੇਰੈਂਟਸ ਨੂੰ ਵੀ ਦੱਸਣਾ ਚਾਹਾਂਗਾ, ਇਹ 2 ਕੈਟੇਗਰੀਜ਼ ਹੈਗੀਆਂ ਕੈਨੇਡਾ ਦੀਆਂ। ਸੋ ਪ੍ਰੀਵੀਅਸਲੀ ਬਿਫੋਰ SDS ਦੇਰ ਵਾਜ਼ ਅ ਯੂਨੀਵਰਸਿਟੀ ਕੈਟੇਗਰੀ ਆਲਸੋ, ਬਟ ਨਾਓ ਦਾ ਯੂਨੀਵਰਸਿਟੀ ਕੈਟੇਗਰੀ ਆਲਸੋ ਫਾਲਸ ਅੰਡਰ ਦ SDS ਕੈਟੇਗਰੀ, ਕਿਉਂਕਿ ਜੇ ਤਾਂ ਤੁਹਾਡੇ 6 ਈਚ ਹੈ ਦੈਨ ਯੂ ਆਰ ਅ SDS ਕੈਟੇਗਰੀ। ਔਰ ਜੇ ਤੁਸੀਂ ਸਪੋਜ਼ ਪੂਰੇ ਸਾਲ ਦੀ ਫੀਸ ਨਹੀਂ ਦਿੰਦੇ ਹੋ ਤਾਂ ਵੀ ਤੁਹਾਡੀ ਫਾਈਲ ਫਾਲਸ ਅੰਡਰ ਨੋਨ SDS ਕੈਟੇਗਰੀ। ਸੋ ਬੜਾ ਸਿੰਪਲ ਜਿਹਾ ਕੈਨੇਡਾ ਦਾ ਪੈਟਰਨ, ਔਰ ਜਦੋਂ ਤੁਸੀਂ ਕੈਨੇਡਾ ਦਾ ਪੈਟਰਨ ਫੋਲੋ ਕਰਦੇ ਹੋ ਤਾਂ ਬੜਾ ਸਿੰਪਲ ਸਟੈਪ ਵਾਈਜ਼ ਪ੍ਰੋਸੀਜਰ ਹੈ। ਫਸਟ ਆਫ ਆਲ, ਯੂ ਨੀਡ ਟੂ ਹੈਵ ਅ ਪਾਸਪੋਰਟ। ਸੈਕਿੰਡ ਆਫ ਆਲ, ਯੂ ਨੀਡ ਟੂ ਗਿਵ ਯੂਰ ਆਈਲੈਟਸ ਐਗਜ਼ਾਮ, ਐਂਡ ਜਦੋਂ ਤੁਸੀਂ ਆਈਲੈਟਸ ਦੇ ਤੁਹਾਡੇ ਰਿਜ਼ਲਟ ਆ ਜਾਂਦੇ, ਯੂ ਕੈਨ ਅਪਲਾਈ ਫੋਰ ਅ ਕੰਡੀਸ਼ਨਲ ਆਫਰ ਲੈਟਰ ਆਲਸੋ। ਸੋ ਜਿਵੇਂ ਤੁਸੀਂ ਆਈਲੈਟਸ ਦੀ ਡੇਟ ਬੁੱਕ ਕੀਤੀ ਹੋਈ ਆ, ਤੁਹਾਡਾ ਆਈਲੈਟਸ ਦਾ ਰਿਜ਼ਲਟ ਪੈਂਡਿੰਗ ਹੈ, ਤਾਂ ਤੁਸੀਂ ਕੰਡੀਸ਼ਨਲ ਆਫਰ ਲੈਟਰ ਵੀ ਅਪਲਾਈ ਕਰ ਸਕਦੇ ਹੋ। ਸੋ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਕਿ ਰਸ਼ ਇੰਨਾ ਜ਼ਿਆਦਾ ਵੱਧ ਚੁੱਕਿਆ ਕੈਨੇਡਾ 'ਚ ਕਿ ਜਿਹੜੇ ਇਸ ਸਾਲ +2 ਪੇਪਰ ਦੇਣਗੇ, ਮੈਨੂੰ ਲੱਗਦਾ ਕਿ ਉਹਨਾਂ ਨੂੰ January 2023 ਵੀ ਮਿਲਣਾ ਕਿਤੇ ਨਾ ਕਿਤੇ ਮੁਸ਼ਕਿਲ ਬਣ ਸਕਦਾ ਜੇ ਤੁਸੀਂ ਕੋਈ ਆਪੇ ਰਿਜਿਡ ਆਪਸ਼ਨ ਲੈ ਕੇ ਚੱਲ ਰਹੇ ਹੋ, ਕਿਉਂਕਿ ਬਹੁਤ ਸਾਰੇ ਕਾਲਜਸ ਕਲੋਜ਼ ਹੋ ਚੁੱਕੇ ਹੈ September 22 ਲਈ ਐਂਡ ਦੇ ਆਰ ਐਕਸੈਪਟਿੰਗ ਐਪਲੀਕੇਸ਼ਨ ਫੋਰ January 23। ਸੋ ਜੇ ਤੁਸੀਂ January 23 ਲਈ ਐਪਲੀਕੇਸ਼ਨ ਹੁਣ ਦੇਣਾ ਚਾਹੁੰਦੇ ਹੋ ਤਾਂ ਕੀ ਕਹਿੰਦੇ, ਤੁਸੀਂ +2 ਇਸ ਸਾਲ ਦੇ ਰਹੇ ਹੋ ਤਾਂ January 23 ਬਹੁਤ ਜਲਦੀ ਮੁੱਕ ਸਕਦਾ। ਸੋ ਜਿਹੜਾ ਸੀਗਾ ਪ੍ਰੋਸੈਸ, ਕਹੀਏ ਸਭ ਤੋਂ ਸਿੰਪਲ ਜੇ ਕਿਸੇ ਕੰਟਰੀ ਦਾ ਹੈਗਾ, ਦੈਟ ਇਜ਼ ਕੈਨੇਡਾ। ਇੱਕ ਜਗ੍ਹਾ ਮੈਂ ਕੁਛ ਜਗ੍ਹਾ ਇਹ ਵੀ ਚਰਚਾ ਸੁਣੀ ਹੈ ਕਿ ਫੰਡਸ ਸ਼ੋਅ ਕਰਨੇ ਹੁੰਦੇ, ਕੀ ਜ਼ਰੂਰੀ ਹੁੰਦਾ ਕੈਨੇਡਾ ਵਾਸਤੇ ਵੀ ਫੰਡਸ? ਨਹੀਂ, ਫੰਡ ਸ਼ੋਅ ਤਾਂ ਕਰਨੇ ਤੁਸੀਂ ਜੇ ਤੁਸੀਂ GIC ਨਹੀਂ ਪੇ ਕੀਤਾ। ਸੋ ਜੇ ਤੁਸੀਂ GIC ਨਹੀਂ ਪੇ ਕਰਦੇ ਹੋ ਦੈਟ ਮੀਨਸ ਯੂ ਆਰ ਗੋਇੰਗ ਅੰਡਰ ਨੋਨ SDS ਕੈਟੇਗਰੀ। ਬਟ IG rates ਕਈ ਰਿਫਿਊਜ਼ਲਾਂ 'ਚ ਦੇਖਣ ਨੂੰ ਮਿਲਿਆ ਕਿ ਯੂਅਰ ਫਾਈਨੈਂਸ਼ੀਅਲ ਡਾਕੂਮੈਂਟਸ ਵਰ ਨੋਟ ਸਪੋਰਟਿਡ, ਤਾਂ ਤੁਹਾਨੂੰ ਵੀਜ਼ਾ ਰਿਫਿਊਜ਼ਲ ਆ ਗਈ। ਸੋ
ਤੁਸੀਂ ਜੇ ਈਜ਼ੀਲੀ ਲਗਾ ਸਕਦੇ ਹੋ ਤਾਂ SDS ਕੈਟਾਗਰੀ 'ਚ ਤੁਸੀਂ ਬੈਂਕ ਸਟੇਟਮੈਂਟ ਜੋ ਵੀ ਤੁਹਾਡੇ ਪੇਰੈਂਟਸ ਦੀ ਬੈਂਕ ਸਟੇਟਮੈਂਟ ਹੈ ਵਟ ਐਵਰ ਇਟ ਇਜ਼ ਦਰ ਇਜ਼ ਨੋ ਫੰਡ ਸ਼ੋ ਰਿਕੁਆਇਰਮੈਂਟ ਔਰ ਇਨਕਮ ਟੈਕਸ ਰਿਟਰਨਸ ਤੁਸੀਂ SDS ਕੈਟਾਗਰੀ 'ਚ ਵੀ ਅਟੈਚ ਕਰ ਸਕਦੇ ਹੋ ਨਹੀਂ ਤਾਂ ਨੋਨ SDS ਕੈਟਾਗਰੀ 'ਚ ਤਾਂ ਮੈਂ ਤੁਹਾਨੂੰ ਅਟੈਚ ਕਰਨ ਨੂੰ ਸਲਾਹ ਦੇਵਾਂਗਾ ਹੀ ਦੇਵਾਂਗਾ ਸੋ ਸਟੂਡੈਂਟਸ ਪਿੱਛੇ ਜੇ ਤੁਸੀਂ ਵੀ ਬਹੁਤ ਸਾਰੀਆਂ ਖਬਰਾਂ ਦੇਖੀਆਂ ਹੋਣੀਆਂ ਛੋਟੇ ਛੋਟੀਆਂ ਮਿਸਟੇਕਸ ਚਾਹੇ ਉਹ SOP ਦੀ ਹੋਵੇ ਚਾਹੇ ਕੋਈ ਕਲੈਰੀਕਲ ਚਾਹੇ ਫਾਈਲਿੰਗ ਦੀ ਮਿਸਟੇਕ ਹੋਵੇ ਉਹਦੇ ਕਰਕੇ ਬਹੁਤ ਸਾਰੇ ਸਟੂਡੈਂਟਸ ਨੂੰ ਰਿਫਿਊਜ਼ਲ ਮਿਲਿਆ ਸੋ ਜਿਹੜੀ ਜਿੱਥੇ ਵੀ ਜਦੋਂ ਵੀ ਤੁਸੀਂ ਫਾਈਲ ਲਗਾਓ ਇੱਕ ਵਾਰੀ ਜ਼ਰੂਰ ਕੰਸਲਟੈਂਟ ਨਾਲ ਸਲਾਹ ਕਰਕੇ ਲਗਾਓ ਜਸਮੀਤ ਜੀ ਬਾਰੇ ਜ਼ਰੂਰ ਕਿਹਾ ਜਾ ਸਕਦਾ ਕਿ 14 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ 20,000 ਤੋਂ ਜ਼ਿਆਦਾ ਵੀਜ਼ਾ ਲਗਾ ਚੁੱਕੇ ਨੇ ਅਤੇ ਬੜੀ ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦੀ ਤੁਸੀਂ ਸਲਾਹ ਵੀ ਲੈ ਸਕਦੇ ਹੋ ਫਾਈਲਿੰਗ ਦੇ ਪ੍ਰੋਸੈਸ ਨੂੰ ਲੈ ਕੇ ਕਿਸੇ ਵੀ ਮਸਲੇ 'ਤੇ 90413 90412 'ਤੇ ਕਾਲ ਕਰਕੇ ਧੰਨਵਾਦ ਥੈਂਕ ਯੂ ਸੋ ਮੱਚ